ਕੀ ਹੁੰਦਾ ਇਟ ਜਸ ਯੂਜ਼ਸ ਅਰ ਓਨ ਮਸ਼ੀਨਰੀ ਟੂ ਬਿਲਡ ਦੀ ਐਂਟੀਬਾਡੀ ਰਿਸਪੋਂਸ ਸੋ ਕਾਫੀ ਯੂ ਨੋ ਤਰੀਕਾ ਜਿਹੜਾ ਹੈਗਾ ਕਾਫੀ ਚੁਸਤ ਤਰੀਕਾ ਹੈਗਾ ਸੋ ਇਟਸ ਅ ਰੀਅਲੀ ਨਿਊ ਟੈਕਨੋਲੋਜੀ ਇਟਸ ਰੀਅਲੀ ਐਕਸਾਈਟਿੰਗ ਜਿਹੜੇ ਹੁਣ ਗਾਂ ਐਪਲੀਕੇਸ਼ਨਸ ਹੋਣਗੇ mRNA ਵੈਕਸੀਨ ਵਾਸਤੇ ਦੋਜ਼ ਆਰ ਵੈਰੀ ਐਕਸਾਈਟਿੰਗ ਇਨ ਮੈਡੀਸਨ ਐਜ਼ ਵੈਲ ਬਟ ਇਟ ਡਸਨਟ ਚੇਂਜ ਯੂਰ DNA ਇਟ ਜਸ ਯੂਜ਼ਸ ਜਿਹੜੀ ਤੁਹਾਡੀ ਬਾਡੀ ਹੈਗੀ ਆ ਉਹ DNA ਮਟੀਰੀਅਲ ਉਹ ਜਿਹੜੀ ਫੈਕਟਰੀ ਹੈਗੀ ਉਹੀ ਬਣਾਈ ਲੈਂਦੀ ਹੈ